ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 9th ਕਲਾਸ ਦੀ ਮੈਥ ਦੀ ਬੁੱਕ ਦਾ ਚੈਪਟਰ ਨੰਬਰ 7 ਟ੍ਰਾਇਐਂਗਲਸ ਐਕਸਰਸਾਈਜ਼ 7.1 ਤੇ ਇਹਦੇ ਨੈਕਸਟ 3 ਕੁਐਸਚਨਸ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਇਹਨਾਂ ਕੁਐਸਚਨਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸਵਾਲ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ, ਤੁਹਾਨੂੰ ਯਾਦ ਕਰਾ ਦੇਵਾਂ ਕਿ ਇਸੀ ਚੈਨਲ ਦੇ ਉੱਤੇ ਤੁਹਾਡੀ 9th ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈਗੀ 9th ਮੈਥ ਨੋਟਸ, ਇੱਕ ਹੈਗੀ 9th ਇੰਗਲਿਸ਼ MCB, ਇੱਕ ਹੈਗੀ 9th ਇੰਗਲਿਸ਼ ਲਿਟਰੇਚਰ, ਇੱਕ ਹੈਗੀ 9th ਗ੍ਰੈਮਰ, ਇੱਕ ਹੈਗੀ 9th ਸਾਇੰਸ, ਇੱਕ ਹੈਗੀ ਮੈਥ ਕਨਸੈਪਟਸ, ਇੱਕ ਹੈਗੀ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ, ਤੇ ਇੱਕ ਹੈਗੀ 9ਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ, ਤੇ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ। ਸੋ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟਾਂ ਨੂੰ ਵੀ ਪਲੇਲਿਸਟਾਂ ਵਿੱਚ ਪਏ ਵੀਡੀਓਜ਼ ਵੀ ਜ਼ਰੂਰ ਦੇਖੋ। ਔਰ ਦੇਖੀਏ ਬੱਚੇ, ਹੁਣ ਇਹ ਵਾਲਾ ਕੁਐਸਚਨ ਕੀ ਕਹਿੰਦਾ ਹੈ। ਕੁਐਸਚਨ ਨੰਬਰ 5 ਕਹਿੰਦਾ, ਲਾਈਨ L ਇਜ਼ ਦੀ ਬਾਈਸੈਕਟਰ ਆਫ ਐਨ ਐਂਗਲ A। ਇਹ ਲਾਈਨ L ਹੈਗੀ ਹੈ ਬੜੀ, ਤੇ ਇਹ ਐਂਗਲ ਹੈਗਾ ਇਹਦਾ ਬਾਈਸੈਕਟਰ ਹੈਗੀ ਹੈ। ਇਹਦਾ ਮਤਲਬ ਇਹ ਹੋਇਆ ਕਿ ਇਹ ਦੋ ਐਂਗਲ ਹੈ, ਇਹ ਵਾਲਾ ਛੋਟਾ ਇਹ ਵਾਲਾ ਐਂਗਲ ਤੇ ਇਹ ਵਾਲਾ ਐਂਗਲ, ਦੇ ਆਰ ਇਕੁਅਲ। ਇਹ ਜਿਹੜੀ ਲਾਈਨ ਹੈਗੀ ਹੈ L, ਇਟ ਇਜ਼ ਦੀ ਬਾਈਸੈਕਟਰ ਆਫ ਦਿਸ ਹੋਲ ਐਂਗਲ, ਤੇ ਇਹ ਫਿਰ ਇਹ ਐਂਗਲ ਤੇ ਐਂਗਲ ਬਰਾਬਰ ਹੋ ਗਏ, ਠੀਕ ਹੈ। ਤੇ ਫਿਰ ਕਹਿੰਦੇ, ਐਂਡ ਬੀ ਇਜ਼ ਐਨੀ ਪੁਆਇੰਟ ਔਨ ਐਲ। ਇਹ ਐਲ ਹੈਗੀ ਹੈ ਤੇ ਬੀ ਕੋਈ ਪੁਆਇੰਟ ਹੈਗਾ, ਇੱਥੇ ਵੀ ਹੋ ਸਕਦਾ, ਇੱਥੇ ਵੀ ਹੋ ਸਕਦਾ, ਇੱਥੇ ਵੀ ਹੋ ਸਕਦਾ, ਕਿਤੇ ਵੀ ਲੈ ਲਓ। ਕਹਿੰਦੇ ਇਜ਼ ਐਨੀ ਪੁਆਇੰਟ ਔਨ ਐਲ, ਮਤਲਬ ਕੋਈ ਵੀ ਪੁਆਇੰਟ ਹੈ, ਖਾਸ ਪੁਆਇੰਟ ਨਹੀਂ ਹੈਗਾ, ਇਹ ਕਿਸੇ ਵੀ ਪੂਰੀ ਲਾਈਨ ਦੇ ਉੱਤੇ ਬੀ ਕੁਡ ਬੀ ਐਨੀ ਵੇਅਰ, ਠੀਕ ਹੈ। ਫਿਰ ਕਹਿੰਦੇ ਨੇ ਬੀ ਬੀ ਪੀ ਐਂਡ ਬੀ ਕਿਊ ਆਰ ਪਰਪੈਂਡੀਕੁਲਰਸ, ਬੀ ਪੀ ਐਂਡ ਬੀ ਕਿਊ ਆਰ ਪਰਪੈਂਡੀਕੁਲਰ, 90 ਡਿਗਰੀ ਐਂਗਲ ਬਣ ਰਿਹਾ ਇੱਥੇ, 90 ਡਿਗਰੀ, ਦੇ ਆਰ ਪਰਪੈਂਡੀਕੁਲਰਸ ਔਨ ਦੀ ਆਰਮਸ ਆਫ ਐਂਗਲ ਏ। ਇਹ ਇੱਕ ਆਰਮ ਹੈਗੀ ਹੈ ਐਂਗਲ ਏ ਦੀ, ਇੱਕ ਇਹ ਆਰਮ ਹੈਗੀ ਹੈ ਤੇ ਇੱਕ ਇਹ ਆਰਮ ਹੈਗੀ ਹੈ। ਇਸ ਆਰਮ ਤੇ ਐਂਗਲ ਬੀ ਕਿਊ ਹੈਗਾ ਆਪਣਾ, ਇਸ ਆਰਮ ਦੇ ਉੱਤੇ ਪਰਪੈਂਡੀਕੁਲਰ ਬੀ ਕਿਊ ਹੈਗਾ ਤੇ ਇਸ ਆਰਮ ਦੇ ਉੱਤੇ ਪਰਪੈਂਡੀਕੁਲਰ ਬੀ ਪੀ ਹੈਗਾ, ਠੀਕ ਹੈ। ਕਹਿੰਦੇ ਸੀ ਫਿਗਰ, ਫਿਗਰ ਤੇ ਅਸੀਂ ਤੁਹਾਨੂੰ ਸਮਝਾ ਦਿੱਤੀ ਹੈ। ਸ਼ੋ ਦੈਟ ਦੋ ਪਾਰਟਸ ਹੈਗੇ ਨੇ, ਟ੍ਰਾਇੰਗਲ ਏ ਪੀ ਬੀ, ਏ ਪੀ ਬੀ ਇਜ਼ ਕੋਂਗਰੂਐਂਟ ਟੂ ਟ੍ਰਾਇੰਗਲ ਏ ਕਿਊ ਬੀ। ਬੜਾ ਹੀ ਸੌਖਾ ਸਵਾਲ ਹੈ ਬੱਚਿਓ। ਤੇ ਪਾਰਟ ਬੀ, ਪਾਰਟ ਟੂ ਹੈਗਾ, ਕਹਿੰਦੇ ਪ੍ਰੂਵ ਦੈਟ, ਸ਼ੋ ਦੈਟ ਬੀ ਪੀ ਇਜ਼ ਇਕੁਅਲ ਟੂ ਬੀ ਕਿਊ, ਬੀ ਪੀ ਇਜ਼ ਇਕੁਅਲ ਟੂ ਬੀ ਕਿਊ, ਔਰ ਬੀ ਇਜ਼ ਇਕੁਈ ਡਿਸਟੈਂਟ। ਇਕੁਈ ਡਿਸਟੈਂਟ ਮਾਨੇ ਬਰਾਬਰ ਦੀ ਦੂਰੀ ਤੇ ਹੈਗਾ, ਇਕੁਈ ਡਿਸਟੈਂਟ ਇਟ ਮੀਨਸ ਐਟ ਇਕੁਅਲ ਡਿਸਟੈਂਸ ਫਰੋਮ ਦੀ ਆਰਮਸ ਆਫ ਏ, ਐਂਗਲ ਏ। ਆਰਮਸ ਆਫ ਐਂਗਲ ਏ ਕਿਹੜੀ ਹੈ, ਇੱਕ ਆਰਮ ਹੈਗੀ ਹੈ, ਇੱਕ ਆਰਮ ਹੈਗੀ ਹੈ। ਇਹਦਾ ਮਤਲਬ ਕੀ ਹੈ ਕਿ ਬੀ ਪੁਆਇੰਟ ਜਿੰਨਾ ਇੱਥੋਂ ਇਸ ਆਰਮ ਤੋਂ ਦੂਰ ਹੈ, ਉਨਾ ਹੀ ਇਹ ਵਾਲੀ ਆਰਮ ਤੋਂ ਦੂਰ ਹੈ, ਠੀਕ ਹੈ। ਇਟ ਮੀਨਸ ਬੀ ਕਿਊ ਇਜ਼ ਗੁਡ ਬੀ ਪੀ, ਇਹ ਪ੍ਰੂਵ ਕਰਨਾ ਹੈ। ਅਗਰ ਪਾਰਟ 1 ਪ੍ਰੂਵ ਹੋ ਗਿਆ ਤੇ ਦੂਜਾ ਪਾਰਟ ਆਟੋਮੈਟਿਕਲੀ ਪ੍ਰੂਵ ਹੋ ਜਾਏਗਾ। ਆਓ ਦੇਖੀਏ ਹੁਣ। ਸੋ ਜਿਹੜੇ ਟ੍ਰਾਇੰਗਲ ਪ੍ਰੂਵ ਕਰਨੇ ਨੇ ਬੱਚੇ, ਉਸੇ ਟ੍ਰਾਇੰਗਲ ਤੇ ਕੰਸੈਂਟ੍ਰੇਟ ਕਰਨਾ ਚਾਹੀਦਾ ਹੈ। ਸੋ ਇਹਨਾਂ ਨੇ ਕਿਹਾ ਕਿ ਏ ਪੀ ਬੀ ਤੇ ਏ ਕਿਊ ਬੀ ਨੂੰ ਕੋਂਗਰੂਐਂਸ, ਕੋਂਗਰੂਐਂਟ ਸਿੱਧ ਕਰਨਾ ਹੈ, ਆਪਣਾ ਪ੍ਰੂਵ ਕਰਨਾ ਹੈ। ਸੋ ਅਸੀਂ ਲਵਾਂਗੇ ਇਨ ਟ੍ਰਾਇੰਗਲਸ ਏ ਪੀ ਬੀ ਐਂਡ ਏ ਕਿਊ ਬੀ, ਏ ਪੀ ਬੀ ਐਂਡ ਏ ਕਿਊ ਬੀ। ਗਿਵਨ ਐਲ ਇਜ਼ ਦੀ ਬਾਈਸੈਕਟਰ ਆਫ ਐਂਗਲ ਏ, ਇਹ ਦਿੱਤਾ ਹੋਇਆ ਇਹਨਾਂ ਨੇ। ਦੇਅਰ ਫੋਰ ਐਂਗਲ ਬੀ ਏ ਪੀ, ਬੀ ਏ ਪੀ ਇਜ਼ ਗੁਡ ਬੀ ਏ ਕਿਊ, ਬੀ ਏ ਪੀ ਗੁਡ ਬੀ ਏ ਕਿਊ। ਕਿਉਂ? ਬਿਕੋਜ਼ ਐਲ ਇਜ਼ ਦੀ ਬਾਈਸੈਕਟਰ ਆਫ ਐਂਗਲ ਏ, ਇਹ ਦਿੱਤਾ ਹੋਇਆ। ਐਂਡ ਏ ਪੀ ਬੀ ਇਜ਼ ਗੁਡ ਏ ਕਿਊ ਬੀ ਇਜ਼ ਗੁਡ 90 ਡਿਗਰੀ, ਇਹ 90 ਡਿਗਰੀ, ਇਹ 90 ਡਿਗਰੀ, ਇਹ ਵੀ ਦਿੱਤਾ ਇਹਨਾਂ ਨੇ। ਦੇ ਆਰ ਪਰਪੈਂਡੀਕੁਲਰਸ। ਆਲਸੋ ਏ ਬੀ ਇਜ਼ ਗੁਡ ਏ ਬੀ, ਏ ਬੀ ਇਜ਼ ਪਾਰਟ ਆਫ ਦਿਸ ਟ੍ਰਾਇੰਗਲ, ਏ ਬੀ ਇਜ਼ ਪਾਰਟ ਆਫ ਆਲਸੋ ਦਿਸ ਟ੍ਰਾਇੰਗਲ, ਦੋਨਾਂ ਦੀ ਕਾਮਨ ਸਾਈਡ ਹੈਗੀ ਹੈ, ਕਾਮਨ ਸਾਈਡ। ਸੋ ਬਾਏ ਏ ਏ ਐਸ ਕੋਂਗਰੂਐਂਸ, ਏ ਏ ਐਸ, ਇਹ ਦੇਖੋ ਏ ਐਂਗਲ, ਫਿਰ ਐਵਲਾ ਐਂਗਲ,
ਤੇ ਹੈ ਐਸ, ਏ ਏ ਐਸ। ਸੋ ਬਾਈ ਏ ਏ ਐਸ ਕੋਂਗਰੂਐਂਸ ਵੀ ਹੈਵ ਟ੍ਰਾਇੰਗਲ ਏ ਪੀ ਬੀ ਇਜ਼ ਕੋਂਗਰੂਐਂਟ ਟੂ ਟ੍ਰਾਇੰਗਲ ਏ ਕਿਊ ਬੀ, ਹੈਂਸ ਪ੍ਰੂਵਡ। ਠੀਕ ਹੈ, ਹੁਣ ਪਾਰਟ 2 ਕਰਦੇ ਹਾਂ। ਟ੍ਰਾਇੰਗਲ ਏ ਪੀ ਬੀ ਕੋਂਗਰੂਐਂਟ ਟੂ ਟ੍ਰਾਇੰਗਲ ਏ ਕਿਊ ਬੀ ਪ੍ਰੂਵਡ ਇਨ ਪਾਰਟ 1, ਪ੍ਰੂਵ ਕਰ ਦਿੱਤਾ ਹੈ। ਸੋ ਦੇਅਰਫੋਰ ਬੀ ਪੀ ਇਜ਼ ਇਕੁਅਲ ਟੂ ਬੀ ਕਿਊ, ਸਿੰਪਲ। ਕਿਉਂ? ਸੀ ਪੀ ਸੀ ਟੀ, ਕੋਰਸਪੋਂਡਿੰਗ ਪਾਰਟਸ ਆਫ ਕੋਂਗਰੂਐਂਟ ਟ੍ਰਾਇੰਗਲਸ ਆਰ ਇਕੁਅਲ, ਚਾਹੇ ਉਹ ਐਂਗਲ ਹੋਣ ਚਾਹੇ ਉਹ ਸਾਈਡਸ ਹੋਣ। ਸੋ ਇਹ ਦੇਖੋ, ਇਹ ਬੀ ਪੀ ਅਤੇ ਇੱਥੇ ਕਿਊ ਬੀ, ਬੀ ਕਿਊ। ਸੋ ਬੀ ਪੀ ਇਜ਼ ਇਕੁਅਲ ਟੂ ਬੀ ਕਿਊ, ਔਰ ਬੀ ਇਜ਼ ਇਕੁਅਲ ਡਿਸਟੈਂਟ ਫਰੋਮ ਦੀ ਆਰਮਸ ਆਫ ਐਂਗਲ ਏ। ਇੱਕੋ ਹੀ ਗੱਲ ਹੈ, ਚਾਹੇ ਬੀ ਪੀ ਇਜ਼ ਇਕੁਅਲ ਟੂ ਬੀ ਕਿਊ ਕਹਿ ਦਿਓ, ਚਾਹੇ ਕਹਿ ਦਿਓ ਬੀ ਇਜ਼ ਇਕੁਅਲ ਡਿਸਟੈਂਟ ਫਰੋਮ ਦੀ ਆਰਮਸ ਆਫ ਐਂਗਲ ਏ, ਇਟ ਇਜ਼ ਦੀ ਸੇਮ ਥਿੰਗ ਸੈਡ ਡਿਫਰੈਂਟਲੀ। ਠੀਕ ਹੈ, ਆਓ ਅੱਗੇ ਚਲੀਏ। ਹੁਣ ਆ ਗਿਆ ਕੁਸ਼ਚਨ ਨੰਬਰ 2 ਇਨ ਫਿਗਰ 7.21। ਬੜਾ ਇੰਟਰਸਟਿੰਗ ਕੁਸ਼ਚਨ ਹੈ ਬੱਚੇ, ਔਰ ਇਹ ਬੜੇ ਧਿਆਨ ਨਾਲ ਮੰਗਦਾ ਹੈ, ਕਿਉਂਕਿ ਇਹ 'ਚ ਲਾਈਨਾਂ ਹੈਗੀਆਂ। ਦੇਖੋ ਇੱਥੇ ਟ੍ਰੈਂਗਲ ਬਣਾਉਣਾ, ਇੱਕ ਇਹ ਟ੍ਰੈਂਗਲ ਬਣਾਤਾ, ਫਿਰ ਇਹ ਵੱਖਰਾ ਟ੍ਰੈਂਗਲ ਬਣਾਤਾ, ਅਤੇ ਇਹ ਅਲੱਗ ਅਲੱਗ ਟ੍ਰੈਂਗਲ ਬਣਦੇ ਨੇ, ਅਤੇ ਇਹਦੇ ਵਿੱਚ ਥੋੜ੍ਹੇ ਧਿਆਨ ਦੇ ਨਾਲ ਸਵਾਲ ਕਰਨ ਵਾਲਾ ਹੈ। ਇਹ ਜਲਦਬਾਜ਼ੀ ਵਿੱਚ ਨਹੀਂ ਕਰਨਾ, ਜਲਦਬਾਜ਼ੀ 'ਚ ਕਰੋਗੇ ਤਾਂ ਗਲਤੀਆਂ ਆਉਣਗੀਆਂ। ਸੋ ਇਹਨੂੰ ਧਿਆਨ ਨਾਲ ਦੇਖਣਾ ਤੁਸੀਂ। ਇਹਦੇ 'ਚ ਕੀ ਦਿੱਤਾ, ਏ ਸੀ ਇਜ਼ ਇਕੁਅਲ ਟੂ ਏ ਈ, ਏ ਸੀ ਜਿਹੜਾ ਹੈਗਾ ਏ ਸੀ ਇਜ਼ ਇਕੁਅਲ ਟੂ ਏ ਈ। ਇੱਥੇ ਦੋ ਲਾਈਨਾਂ ਪਾਤੀਆਂ ਅਤੇ ਇੱਥੇ ਦੋ ਲਾਈਨਾਂ ਪਾਤੀਆਂ, ਇਹ ਦੋ ਸਾਈਡਸ ਬਰਾਬਰ ਨੇ। ਠੀਕ ਹੈ, ਇਸੀ ਤਰ੍ਹਾਂ ਏ ਬੀ ਇਜ਼ ਇਕੁਅਲ ਟੂ ਏ ਡੀ, ਏ ਬੀ ਇਜ਼ ਇਕੁਅਲ ਟੂ ਏ ਡੀ। ਇੱਥੇ ਹੈ, ਇੱਥੇ ਇੱਕ ਲਾਈਨ ਪਾਤੀ ਛੋਟੀ, ਦਿਖਾਉਣ ਲਈ ਕਿ ਦੀਸ ਟੂ ਸਾਈਡਸ ਆਰ ਇਕੁਅਲ ਐਵਲੀਆਂ, ਅਤੇ ਦੀਸ ਟੂ ਸਾਈਡਸ ਆਰ ਇਕੁਅਲ। ਠੀਕ ਹੈ ਜੀ, ਅਤੇ ਦੂਜੀ ਗੱਲ ਕੀ ਹੈ, ਐਂਗਲ ਬੀ ਏ ਡੀ, ਦੇਖੋ ਬੀ ਏ ਡੀ ਇਹ ਵਾਲਾ ਇੱਥੇ ਤੱਕ, ਇਹ ਵੀ ਚੜਾ ਨਹੀਂ ਆ ਰਿਹਾ, ਇਹ ਨਹੀਂ ਆ ਰਿਹਾ, ਇਜ਼ ਇਕੁਅਲ ਟੂ ਐਂਗਲ ਈ ਏ ਸੀ, ਈ ਏ ਸੀ ਬਲੀ ਇਹ ਵਾਲਾ ਐਂਗਲ ਅਤੇ ਇਹ ਦੋ ਐਂਗਲ, ਇਹ ਜਿਹੜਾ ਐਂਗਲ ਵਿੱਚ ਵਾਲਾ ਹੈ ਇਹ ਨਹੀਂ ਲਿਆ ਇਹਨਾਂ ਨੇ। ਠੀਕ ਹੈ, ਦੇ ਆਰ ਇਕੁਅਲ, ਸ਼ੋ ਦੈਟ ਬੀ ਸੀ ਇਜ਼ ਇਕੁਅਲ ਡੀ ਈ। ਹੁਣ ਅਸੀਂ ਪ੍ਰੂਵ ਕੀ ਕਰਨਾ ਬੱਚਿਓ, ਬੀ ਸੀ ਦੇਖੋ ਇਹ ਵਾਲਾ ਬੀ ਸੀ ਇੱਥੇ ਤੱਕ ਹੈਗਾ, ਠੀਕ ਹੈ, ਇਜ਼ ਇਕੁਅਲ ਟੂ ਡੀ ਈ, ਡੀ ਈ ਇਹ ਡੀ ਈ ਇਜ਼ ਇਕੁਅਲ ਟੂ ਬੀ ਸੀ। ਹੁਣ ਬੱਚਾ ਦੇਖੋ, ਧਿਆਨ ਨਾਲ ਦੇਖੋ, ਇਹ ਕਿਉਂ ਕਨਫਿਊਜ਼ਿੰਗ ਹੈਗਾ, ਕਿਉਂਕਿ ਜਿਹੜਾ ਇਹ ਹੈਗਾ ਡੀ ਈ ਇਸ ਟ੍ਰੈਂਗਲ ਦਾ ਪਾਰਟ ਬਣ ਰਿਹਾ। ਠੀਕ ਹੈ, ਜਿਹਦੇ ਵਿੱਚ ਇਹ ਵਾਲੀ ਇੱਕ ਇਕੁਅਲ ਸਾਈਡ ਆ ਗਈ ਅਤੇ ਅਨਇਕੁਅਲ ਸਾਈਡ ਆ ਜਾਏਗੀ ਐਵਲੀ ਇਹਦੇ ਵਿੱਚ, ਹੈ ਨਾ। ਫਿਰ ਉਹਨਾਂ ਨੇ ਕਿਹਾ ਇਹ ਵਾਲਾ ਐਂਗਲ ਲੈਣਾ, ਇਹ ਵਾਲਾ ਐਵਲੀ ਸਾਈਡ ਲੈਣੀ ਹੈ, ਇਹ ਬੀ ਸੀ, ਉਹ ਬੀ ਸੀ ਇਸ ਟ੍ਰੈਂਗਲ ਦੀ ਪਾਰਟ ਹੈਗੀ ਹੈ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੇ ਜਿਹੜੇ ਸਾਈਡਸ ਦੇ ਰਹੇ ਨੇ ਇਕੁਅਲ ਸਾਈਡਸ ਅਤੇ ਇਕੁਅਲ ਐਂਗਲ ਦੇ ਰਹੇ ਨੇ, ਉਹ ਅਲੱਗ ਹੈਗਾ, ਅਤੇ ਜਿਹੜੀ ਅਸੀਂ ਸਾਈਡ ਪ੍ਰੂਵ ਕਰਨੀ ਅਸੀਂ ਹੁਣ ਉੱਥੇ ਧਿਆਨ ਦੇਣਾ ਹੈ। ਇਹਨਾਂ ਨੇ ਕਿਹਾ ਕਿ ਬੀ ਈ ਇਜ਼ ਇਕੁਅਲ ਟੂ ਬੀ ਡੀ, ਬੀ ਸੀ ਇਜ਼ ਇਕੁਅਲ ਟੂ ਡੀ ਪ੍ਰੂਵ ਕਰਨਾ ਹੈ। ਸੋ ਅਸੀਂ ਇਹ ਦੇਖਣਾ ਕੀ ਹੈ, ਇਹ ਜਿਹੜੀ ਸਾਈਡਸ ਹੈ ਕਿਹੜੇ ਟ੍ਰੈਂਗਲ 'ਚ ਆ ਰਹੀ ਹੈ। ਸੋ ਇਹ ਦੇਖੋ ਬੀ ਸੀ ਇੱਥੇ ਤੱਕ ਆ ਰਹੀ ਹੈ ਅਤੇ ਮੈਂ ਇਹ ਵਾਲਾ ਟ੍ਰੈਂਗਲ ਲੈਣਾ ਹੈ, ਅਤੇ ਡੀ ਈ ਇੱਥੇ ਤੱਕ ਆ ਰਹੀ ਹੈ ਅਤੇ ਫਿਰ ਮੈਂ ਇਹ ਵਾਲਾ ਟ੍ਰੈਂਗਲ ਲੈਣਾ। ਹੁਣ ਥੋੜ੍ਹੀ ਜਿਹੀ ਕਾਮਨ ਸੈਂਸ ਯੂਜ਼ ਕਰਾਂਗੇ ਤਾਂ ਅਸੀਂ ਦੇਖਦੇ ਹਾਂ ਬੱਚੋ, ਇਹ ਐਂਗਲ ਹੈ ਦੋਨਾਂ 'ਚ ਕਾਮਨ ਆ ਰਿਹਾ। ਹੁਣ ਦੇਖੋ, ਐਂਗਲ ਬੀ ਏ ਡੀ ਇਜ਼ ਇਕੁਅਲ ਟੂ ਐਂਗਲ ਈ ਏ ਸੀ, ਇਹ ਦੇਖੋ ਦਿੱਤਾ ਬੀ ਏ ਡੀ ਇਜ਼ ਇਕੁਅਲ ਟੂ ਈ ਏ ਸੀ ਗਿਵਨ। ਐਡਿੰਗ ਡੀ ਏ ਸੀ ਟੂ ਬੋਥ ਸਾਈਡਸ, ਐਡੀ ਡੀ ਏ ਸੀ, ਇਹ ਛੋਟਾ ਐਂਗਲ ਦੋਨਾਂ ਵਿੱਚ ਐਡ ਕਰ ਦੇਵਾਂਗੇ, ਅਤੇ ਜੇ ਸੇਮ ਚੀਜ਼ ਦੋਨਾਂ 'ਚ ਐਡ ਕੀਤੀ ਜਾਵੇ ਤਾਂ ਇਕੁਅਲ ਰਿਮੇਨਸ ਇਕੁਅਲ। ਸੋ ਬੀ ਏ ਡੀ ਪਲੱਸ ਡੀ ਏ ਸੀ ਇਜ਼ ਇਕੁਅਲ ਟੂ ਬੀ ਏ ਸੀ ਜਮਾਂ ਡੀ ਏ ਸੀ। ਹੁਣ ਬੱਚੋ, ਬੀ ਏ ਡੀ ਜਮਾਂ ਡੀ ਏ ਸੀ ਕਿਹਦੇ ਬਰਾਬਰ ਹੋ ਜਾਏਗਾ, ਬੀ ਏ ਸੀ ਹੋ ਜਾਏਗਾ, ਬੀ ਏ ਸੀ, ਮੇਰੇ ਕੋਲ ਇਹ ਵਾਲਾ ਟ੍ਰੈਂਗਲ ਆ ਜਾਏਗਾ, ਹੁਣ ਇਹਦੇ ਬਰਾਬਰ ਹੋ ਗਿਆ। ਐਂਡ ਡੀ ਏ ਈ, ਡੀ ਏ ਈ ਇਹ ਵੱਡਾ ਐਂਗਲ ਹੋ ਗਿਆ, ਇਹਦੇ ਵਿੱਚ ਇਹ ਛੋਟਾ ਐਡ ਕੀਤਾ ਅਤੇ ਇੱਥੇ ਤੱਕ ਐਂਗਲ ਬਣ ਗਿਆ,
ਇਹਦੇ ਵਿੱਚ ਐਡ ਕੀਤਾ ਤੇ ਇਹ ਇੱਥੇ ਤੱਕ ਬਣ ਗਿਆ। ਠੀਕ ਹੈ, ਹੁਣ ਅਸੀਂ ਇਹ ਦੋ ਟ੍ਰੈਂਗਲ ਲਵਾਂਗੇ, ਇੱਕ ਇਹ ਟ੍ਰੈਂਗਲ ਇਹ ਲਵਾਂਗੇ ਤੇ ਇੱਕ ਇਹ ਵਾਲਾ ਲਵਾਂਗੇ। ਠੀਕ ਹੈ, ਠੀਕ ਹੈ, ਇਨ ਟ੍ਰੈਂਗਲਸ ਏ ਸੀ ਬੀ ਐਂਡ ਏ ਡੀ, ਏ ਸੀ ਬੀ ਐਂਡ ਏ ਡੀ ਈ। ਹੁਣ ਦੇਖੋ ਧਿਆਨ ਦੇ, ਏ ਸੀ ਇਜ ਇਕੁਅਲ ਟੂ ਏ ਈ। ਇਸ ਟ੍ਰੈਂਗਲ ਦੀ ਜਿਹੜੀ ਏ ਸੀ ਹੈ, ਦੇਖੋ ਆਪਣੀ ਏ ਸੀ ਜਿਹੜੀ ਏ ਸੀ ਹੈਗੀ ਹੈ, ਇਸ ਟ੍ਰੈਂਗਲ ਦੀ ਆ ਗਈ। ਹੁਣ ਇਸ ਟ੍ਰੈਂਗਲ ਦੀ ਆ ਗਈ ਨਾ ਵਾਲੀ ਇਜ ਇਕੁਅਲ ਟੂ ਏ ਈ, ਐਵਰੀ ਟ੍ਰੈਂਗਲ ਦੀ ਆ ਗਈ ਉੱਪਰ ਵਾਲੇ ਦੀ, ਇਹਦੀ ਆ ਗਈ। ਐਂਡ ਏ ਈ ਇਜ ਇਕੁਅਲ ਟੂ ਏ ਡੀ, ਏ ਈ ਇਜ ਇਕੁਅਲ ਟੂ ਏ ਡੀ, ਹੁਣ ਇਹਦੇ ਬਰਾਬਰ ਹੋ ਗਈ। ਸੋਰੀ, ਏ ਬੀ ਇਜ ਇਕੁਅਲ ਟੂ ਏ ਡੀ, ਏ ਆਪਣਾ ਏ ਬੀ ਇਜ ਇਕੁਅਲ ਟੂ ਏ ਡੀ, ਐਂਡ ਏ ਸੀ ਇਜ ਇਕੁਅਲ ਟੂ ਏ ਈ, ਏ ਸੀ ਇਜ ਇਕੁਅਲ ਟੂ ਏ ਈ, ਇੱਥੇ ਦਿੱਤਾ ਹੀ ਹੋਇਆ। ਹੁਣ ਬੱਚਾ ਦੇਖੇ ਇਹ ਜਿਹੜੀ ਸਾਈਡ ਹੈਗੀ ਹੈ, ਇਹ ਜਿਹੜੀ ਹੈ ਇਹ ਇਸ ਟ੍ਰੈਂਗਲ ਵਿੱਚ ਆ ਗਈ। ਠੀਕ ਹੈ, ਤੇ ਜਿਹੜੀ ਇਹ ਸਾਈਡ ਹੈਗੀ ਹੈ ਇਹ ਐਵਰੇਜ ਟ੍ਰੈਂਗਲ ਵਿੱਚ ਆ ਗਈ। ਮਤਲਬ ਕਿ ਇਸ ਟ੍ਰੈਂਗਲ ਦੀ ਜਿਹੜੀ ਇਹ ਸਾਈਡ ਹੈਗੀ ਹੈ ਇਹ ਇਹਦੇ ਬਰਾਬਰ ਹੈਗੀ ਹੈ, ਇਹ ਇਸ ਟ੍ਰੈਂਗਲ ਦੀ ਹੋ ਗਈ। ਹੁਣ ਇਸੇ ਤਰ੍ਹਾਂ ਇਹ ਵਾਲੀ ਸਾਈਡ ਇਸ ਟ੍ਰੈਂਗਲ ਦੀ, ਤੇ ਇਹ ਹੁਣ ਇਹ ਟ੍ਰੈਂਗਲ ਬਣ ਗਿਆ, ਇਹ ਵਾਲੀ ਇਹਦੇ ਬਰਾਬਰ ਹੋ ਗਈ, ਇਹ ਦਿੱਤਾ ਹੀ ਹੋਇਆ। ਆਲਸੋ ਬੀ ਏ ਸੀ ਇਜ਼ ਗੁਡ ਡੀ ਏ ਈ, ਅਪਰੂਵ ਕੀਤਾ ਆਪਾਂ, ਬੀ ਏ ਸੀ ਇਜ਼ ਗੁਡ ਡੀ ਏ ਈ ਅਪਰੂਵਡ। ਦੇਅਰਫੋਰ ਟ੍ਰੈਂਗਲ ਏ ਸੀ ਬੀ ਇਜ਼ ਕੋਂਗਰੂਐਂਟ ਟੂ ਟ੍ਰੈਂਗਲ ਏ ਈ ਡੀ, ਐਸ ਏ ਐਸ ਕੋਂਗਰੂਐਂਸ, ਐਸ ਏ ਐਸ ਐਵੜਾ, ਐਸ ਏ ਐਸ ਐਵੜਾ, ਸਾਈਡ ਐਂਗਲ ਸਾਈਡ। ਤੇ ਇਸ ਤਰ੍ਹਾਂ ਬੱਚੋ ਜੇ ਪ੍ਰੂਵ ਹੋ ਗਿਆ, ਐਸ ਏ ਐਸ ਕਰਕੇ ਟ੍ਰੈਂਗਲ ਪ੍ਰੂਵ ਹੋ ਗਏ, ਕੋਂਗਰੂਐਂਸ ਕੋਂਗਰੂਐਂਟ ਪ੍ਰੂਵ ਹੋ ਗਏ। ਸੋ ਬੀ ਸੀ ਹੈ, ਬੀ ਸੀ ਇਜ਼ ਗੁਰੂ ਡੀ ਈ, ਬੀ ਸੀ ਇਜ਼ ਗੁਰੂ ਡੀ, ਸੀ ਪੀ ਸੀ ਟੀ, ਦੈਟ ਇਜ਼ ਕੋਰਸਪੋਂਡਿੰਗ ਪਾਰਟਸ ਆਫ ਕੋਂਗਰੂਐਂਟ ਟ੍ਰਾਈਐਂਗਲਸ। ਠੀਕ ਹੈ, ਆਓ ਹੁਣ ਅਗਲਾ ਕੁਸ਼ਚਨ ਦੇਖੀਏ, ਕੁਸ਼ਚਨ ਨੰਬਰ 7। ਏ ਬੀ ਇਜ਼ ਅ ਲਾਈਨ ਸੈਗਮੈਂਟ ਐਂਡ ਪੀ ਇਜ਼ ਇਟਸ ਮਿਡ ਪੁਆਇੰਟ। ਏ ਬੀ ਇਜ਼ ਅ ਲਾਈਨ ਸੈਗਮੈਂਟ, ਪੀ ਇਹਦਾ ਮਿਡ ਪੁਆਇੰਟ ਹੈ, ਮਿਡ ਪੁਆਇੰਟ ਹੋਇਆ ਤਾਂ ਮਤਲਬ ਕਿ ਏ ਪੀ ਬਰਾਬਰ ਡੀ ਪੀ ਹੋ ਜਾਏਗਾ। ਡੀ ਐਂਡ ਈ ਆਰ ਪੁਆਇੰਟਸ ਔਨ ਦੀ ਸੇਮ ਸਾਈਡ ਆਫ ਏ ਬੀ। ਸੇਮ ਸਾਈਡ ਬਣੀ ਜਿੱਦਾਂ ਏ ਬੀ ਹੈਗੀ ਹੈ ਨਾ ਬੱਚਿਓ, ਇੱਕ ਉੱਪਰਲੀ ਸਾਈਡ ਅਪਰ ਸਾਈਡ ਹੋ ਗਈ, ਇੱਕ ਲੋਅਰ ਸਾਈਡ ਹੋ ਗਈ। ਸੋ ਬੋਥ ਦਾ ਪੁਆਇੰਟਸ ਡੀ ਐਂਡ ਈ ਆਰ ਦਾ ਸੇਮ ਸਾਈਡ, ਮੀਨਸ ਦੋਨੋਂ ਅਪਰ ਸਾਈਡ ਤੇ ਆ ਗਏ ਨੇ, ਤੇ ਫਿਗਰ ਤੇ ਦਿੱਤੀ ਹੋਈ ਹੈ। ਜੇ ਫਿਗਰ ਨਾ ਦਿੱਤੀ ਹੋਵੇ ਤੇ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੇਮ ਸਾਈਡ ਦਾ ਕੀ ਮਤਲਬ ਹੁੰਦਾ। ਇੱਕ ਲਾਈਨ ਦੀ ਦੋ ਹੀ ਸਾਈਡਾਂ ਹੋਣਗੀਆਂ, ਅਗਰ ਲਾਈਨ ਵਰਟੀਕਲ ਹੈਗੀ ਹੈ ਤੇ ਅਸੀਂ ਕਹਾਂਗੇ ਇੱਕ ਲੈਫਟ ਸਾਈਡ ਹੋ ਜਾਏਗੀ, ਇੱਕ ਰਾਈਟ ਸਾਈਡ ਹੋ ਜਾਏਗੀ। ਅਗਰ ਲਾਈਨ ਹੋਰੀਜ਼ੋਂਟਲ ਹੈ, ਇੱਕ ਉੱਪਰ ਸਾਈਡ ਅਪਰ ਸਾਈਡ ਹੋ ਜਾਏਗੀ, ਇੱਕ ਲੋਅਰ ਸਾਈਡ ਹੋ ਜਾਏਗੀ। ਸੋ ਸੇਮ ਸਾਈਡ ਮੀਨਸ ਜਾਂ ਦੋਨੋਂ ਉੱਪਰ ਹੋਣਗੀਆਂ ਜਾਂ ਦੋਨੋਂ ਥੱਲੇ ਹੋਣਗੀਆਂ। ਫਿਰ ਜੇ ਲਾਈਨ ਵਰਟੀਕਲ ਹੈ, ਸੇਮ ਸਾਈਡ ਮੀਨਸ ਜਾਂ ਦੋਨੋਂ ਖੱਬੇ ਪਾਸੇ ਹੋਣਗੀਆਂ ਜਾਂ ਦੋਨੋਂ ਸੱਜੇ ਪਾਸੇ ਹੋਣਗੀਆਂ। ਠੀਕ ਹੈ, ਸੋ ਏ ਬੀ ਇਜ਼ ਅ ਲਾਈਨ ਸੈਗਮੈਂਟ ਐਂਡ ਪੀ ਇਜ਼ ਇਟਸ ਮਿਡ ਪੁਆਇੰਟ, ਡੀ ਐਂਡ ਈ ਆਰ ਪੁਆਇੰਟਸ ਔਨ ਦੀ ਸੇਮ ਸਾਈਡ ਆਫ ਏ ਬੀ ਸੱਚ ਦੈਟ ਐਂਗਲ ਬੀ ਏ ਡੀ, ਐਂਗਲ ਬੀ ਏ ਡੀ ਇਜ਼ ਇਕੁਅਲ ਟੂ ਐਂਗਲ ਏ ਬੀ ਈ, ਏ ਬੀ ਈ, ਦਿਸ ਐਂਗਲ ਇਜ਼ ਇਕੁਅਲ ਟੂ ਦਿਸ ਐਂਗਲ, ਐਂਡ ਈ ਪੀ ਏ, ਈ ਪੀ ਏ ਇਜ਼ ਇਕੁਅਲ ਟੂ ਡੀ ਪੀ ਬੀ, ਐਵਲ ਐਂਗਲ ਅਤੇ ਐਵਲ ਐਂਗਲ ਹੈ ਬਰਾਬਰ ਨੇ। ਸ਼ੋ ਦੈਟ ਪਾਰਟ ਵਨ ਡੀ ਏ ਪੀ, ਡੀ ਏ ਪੀ ਇਜ਼ ਕੋਂਗਰੂਐਂਟ ਟੂ ਟ੍ਰੈਂਗਲ ਈ ਪੀ ਬੀ, ਐਂਡ ਸੈਕਿੰਡ ਪਾਰਟ ਏ ਡੀ ਇਜ਼ ਗੁਡ ਬੀ। ਸੋ ਏ ਡੀ ਅਤੇ ਬੀ ਈ, ਇਹਦਾ ਮਤਲਬ ਕਿ ਅਗਰ ਇਹ ਪਾਰਟ ਵਨ ਅਗਰ ਪ੍ਰੂਵ ਹੋ ਗਿਆ ਤਾਂ ਪਾਰਟ ਟੂ ਆਟੋਮੈਟਿਕਲੀ ਪ੍ਰੂਵ ਹੋ ਜਾਏਗਾ। ਹੁਣ ਜਿਹੜੇ ਟ੍ਰੈਂਗਲ ਬੱਚੇ ਦਿੱਤੇ ਨੇ, ਦੇਖੋ ਹੁਣ ਇਸ ਟ੍ਰੈਂਗਲ ਦੇ ਵਿੱਚ ਅਸੀਂ ਇਹ ਪ੍ਰੂਵ ਕਰ ਰਹੇ ਨੇ ਇੱਕ ਇਹਦਾ ਟ੍ਰੈਂਗਲ ਹੈਗਾ। ਠੀਕ ਹੈ, ਮੈਂ ਥੋੜ੍ਹਾ ਜਿਹਾ ਮਾਇੰਡ ਯੂਜ਼ ਕਰਾਂਗਾ। ਮੇਰੇ ਕੋਲ ਇੱਕ ਐਂਗਲ ਤਾਂ ਹੈਗਾ ਏ ਪੀ ਇਕੁਅਲ ਹੈਗੀ ਹੈ,
ਕਿਉਂਕਿ ਏ ਪੀ ਇਜ਼ ਇਕੁਅਲ ਟੂ ਬੀ ਪੀ, ਮਿਡ ਪੁਆਇੰਟ ਹੈਗਾ, ਪਰ ਉਹ ਇਹ ਐਂਗਲ ਨਹੀਂ ਹੈਗਾ, ਪਰ ਇਹ ਐਂਗਲ ਇਕੁਅਲ ਹੈਗਾ। ਇਸੇ ਤਰ੍ਹਾਂ ਇਸ ਟ੍ਰਾਇੰਗਲ ਦੇ ਵਿੱਚ ਇਹ ਐਂਗਲ ਆ ਜਾਏਗਾ, ਇਹ ਸਾਈਡ ਆ ਜਾਏਗੀ, ਪਰ ਇਹ ਪੂਰਾ ਐਂਗਲ ਨਹੀਂ ਹੈਗਾ। ਪਰ ਬੱਚੇ ਜਿਹੜਾ ਇੱਕ ਪਾਰਟ ਹੈਗਾ ਇਹ ਦੋਨਾਂ 'ਚ ਕਾਮਨ ਹੈ। ਸੋ ਜਿਸ ਤਰ੍ਹਾਂ ਪਿਛਲੇ ਕੁਐਸਚਨਸ ਕੀਤਾ ਸੀ ਐਡਿੰਗ, ਸੋ ਅਸੀਂ ਵੀ ਇੱਥੇ ਹੀ ਕਰਾਂਗੇ, ਇਹ ਵਾਲਾ ਐਂਗਲ ਜਿਹੜਾ ਬੱਚਿਓ ਇਹ ਦੋਨਾਂ ਦੇ ਵਿੱਚ ਐਡ ਕਰਾਂਗੇ। ਸੋ ਈ ਪੀ ਏ ਇਜ਼ ਇਕੁਅਲ ਟੂ ਡੀ ਪੀ ਬੀ, ਈ ਪੀ ਏ ਇਜ਼ ਇਕੁਅਲ ਡੀ ਪੀ ਬੀ ਗਿਵਨ ਹੈ, ਦਿੱਤਾ ਹੋਇਆ। ਐਡਿੰਗ ਈ ਪੀ ਡੀ, ਐਂਗਲ ਈ ਪੀ ਡੀ, ਐਂਗਲ ਈ ਪੀ ਡੀ ਟੂ ਬੋਥ ਸਾਈਡਸ, ਸੋ ਈ ਪੀ ਏ ਪਲੱਸ ਈ ਪੀ ਡੀ, ਇਹਦੇ ਵਿੱਚ ਹੀ ਪਲੱਸ ਈ ਪੀ ਡੀ, ਕਿਆ ਕੀ ਬਣ ਜਾਏਗਾ ਬੱਚਿਓ? ਐਂਗਲ ਏ ਪੀ ਡੀ ਬਣ ਗਿਆ, ਐਂਗਲ ਏ ਪੀ ਡੀ ਇੱਥੇ ਤੱਕ ਬਣ ਗਿਆ, ਤੇ ਇਹ ਐਂਗਲ ਬਣ ਗਿਆ ਬੀ ਪੀ ਈ ਬਣ ਗਿਆ, ਇਹ ਬੀ ਪੀ ਬਣ ਗਿਆ। ਹੁਣ ਅਸੀਂ ਲਾਵਾਂਗੇ ਇਨ ਟ੍ਰਾਇੰਗਲਸ ਡੀ ਏ ਪੀ ਐਂਡ ਈ ਬੀ ਪੀ, ਗਿਵਨ ਪੀ ਇਜ਼ ਦੀ ਮਿਡ ਪੁਆਇੰਟ ਆਫ ਏ ਬੀ, ਇਹ ਦਿੱਤਾ ਹੋਇਆ। ਸੋ ਫਿਰ ਇੱਥੇ ਮੈਂ ਦੁਬਾਰਾ ਫੇਲ ਲਿਖ ਦਿੱਤਾ ਇਹ ਵਾਲੀ ਗੱਲ, ਫੋਰ ਕੰਟੀਨਿਊਟੀ ਇਨ ਟ੍ਰਾਇੰਗਲਸ ਡੀ ਏ ਪੀ ਐਂਡ ਏ ਪੀ ਬੀ, ਗਿਵਨ ਪੀ ਇਜ਼ ਦ ਮਿਡ ਪੁਆਇੰਟ ਆਫ ਏ ਬੀ, ਸੋ ਏ ਪੀ ਇਜ਼ ਇਕੁਅਲ ਟੂ ਬੀ ਪੀ, ਏ ਪੀ ਇਜ਼ ਇਕੁਅਲ ਟੂ ਬੀ ਪੀ, ਐਂਗਲ ਬੀ ਏ ਡੀ ਇਜ਼ ਇਕੁਅਲ ਟੂ ਏ ਬੀ ਈ, ਇਹ ਵਾਲਾ ਐਂਗਲ ਹੈ ਗਿਵਨ, ਤੇ ਐਂਗਲ ਏ ਪੀ ਡੀ ਇਜ਼ ਇਕੁਅਲ ਟੂ ਬੀ ਪੀ, ਐਂਗਲ ਏ ਪੀ ਡੀ ਇਜ਼ ਇਕੁਅਲ ਟੂ ਬੀ ਪੀ ਈ ਪ੍ਰੂਵ ਕੀਤਾ। ਕਿਸ ਤਰ੍ਹਾਂ? ਇਹ ਇਕੁਅਲ ਹੈਗੇ ਨੇ, ਤੇ ਇਹਨਾਂ ਵਿੱਚ ਦੋਨਾਂ ਵਿੱਚ ਅਸੀਂ ਇਹ ਐਂਗਲ ਐਡ ਕਰ ਦਿੱਤਾ, ਜਿਲੇ ਇਹਦੇ ਵਿੱਚ ਇਹ ਵਾਲਾ ਐਡ ਕੀਤਾ ਤੇ ਇਹ ਐਂਗਲ ਪੂਰਾ ਮਿਲ ਗਿਆ, ਤੇ ਇਹ ਤੇ ਇਸ ਐਂਗਲ ਵਿੱਚ ਜਿਲੇ ਇਹ ਵਾਲਾ ਐਡ ਕੀਤਾ, ਇਹ ਵਾਲਾ ਐਡ ਕੀਤਾ ਤੇ ਸਾਨੂੰ ਇਹ ਪੂਰਾ ਐਂਗਲ ਮਿਲ ਗਿਆ। ਸਭ ਚੋਂ ਕੀ ਬਣ ਗਿਆ? ਐਸ ਏ ਐਸ ਏ, ਏ ਐਸ ਏ, ਥੇਅਰਫੋਰ ਬਾਈ ਏ ਐਸ ਏ ਕੋਂਗਰੂਐਂਸ, ਟ੍ਰਾਇੰਗਲ ਡੀ ਏ ਪੀ ਇਜ਼ ਕੋਂਗਰੂਐਂਟ ਟੂ ਟ੍ਰਾਇੰਗਲ ਈ ਬੀ ਪੀ। ਹੁਣ ਪਾਰਟ ਟੂ, ਟ੍ਰਾਇੰਗਲ ਡੀ ਏ ਪੀ ਕੋਂਗਰੂਐਂਟ ਟੂ ਟ੍ਰਾਇੰਗਲ ਈ ਬੀ ਪੀ ਪ੍ਰੂਵਡ ਇਨ ਪਾਰਟ 1, ਤੇ ਫਿਰ ਲਿਖਾਂਗੇ ਥੇਅਰਫੋਰ ਏ ਡੀ ਇਜ਼ ਇਕੁਅਲ ਟੂ ਬੀ ਸੀ ਪੀ ਸੀ ਟੀ, ਕੋਰਸਪੋਂਡਿੰਗ ਪਾਰਟਸ ਆਫ ਕੋਂਗਰੂਐਂਟ ਟ੍ਰਾਇੰਗਲਸ ਆਰ ਈਕੁਅਲ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਕੁਐਸਚਨਸ 5, 6 ਐਂਡ 7 ਐਕਸਰਸਾਈਜ਼ 7.1 ਦੇ, ਅਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।